Myself, Dr. Kamaljit Singh from Department of Economics, KRM DAV College, Nakodar, in Jalandhar district. ਅੱਜ ਅਸੀਂ ਇਕਨੋਮਿਕਸ ਵਿਸ਼ੇ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਇਸ ਤੋਂ ਪਹਿਲਾਂ ਕਿ ਇਕਨੋਮਿਕਸ ਅਰਥ ਸ਼ਾਸਤਰ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜਾਂ ਹਿੰਦੀ 'ਚ ਅਰਥ ਸ਼ਾਸਤਰ ਕਹਿੰਦੇ ਹਾਂ, ਉਹਨੂੰ ਲੋਕ ਬਹੁਤ ਔਖਾ ਸਮਝਦੇ ਆ, ਬਹੁਤ ਡਿਫੀਕਲਟ ਸਬਜੈਕਟ ਸਮਝਦੇ ਆ, ਬਟ ਐਕਚੁਅਲੀ ਇਹ ਸਬਜੈਕਟ ਬਹੁਤ ਹੀ ਈਜ਼ੀ ਆ। ਸੋ ਦੈਟ ਇਜ਼ ਵਾਈ ਵੀ ਹੈਵ ਰਿਟਨ ਹੇਅਰ ਇਕਨੋਮਿਕਸ ਮੇਡ ਈਜ਼ੀ। ਔਰ ਇਹਦੇ ਵਿੱਚ ਇਸ ਵਿਸ਼ੇ ਨੂੰ ਡਿਟੇਲ ਵਿੱਚ ਸਮਝਣ ਲਈ ਜਿਹਦੀ ਕਿ ਅੱਜ ਬਹੁਤ ਜ਼ਿਆਦਾ ਯੂਟੀਲਾਈਜੇਸ਼ਨ ਆ, ਬੜੇ ਪ੍ਰਯੋਗ ਨੇ, ਆਪਾਂ ਸਭ ਤੋਂ ਪਹਿਲਾਂ ਇਹਦਾ ਬੇਸਿਕ ਕੰਸੈਪਟ ਜੋ ਲਵਾਂਗੇ ਉਹ ਹੈ ਵਟ ਇਕਨੋਮਿਕਸ ਇਜ਼ ਆਲ ਅਬਾਊਟ। ਹੁਣ ਮਨੁੱਖ ਬਹੁਤ ਸਾਰੀਆਂ ਕਿਰਿਆਵਾਂ ਕਰਦਾ, ਇਹ ਸਾਰੀਆਂ ਜੋ ਉਹਦੀਆਂ ਕਿਰਿਆਵਾਂ ਨੇ, ਮਨੁੱਖੀ ਕਿਰਿਆਵਾਂ, ਹਿਊਮਨ ਐਕਟੀਵਿਟੀਜ਼, ਇਹਨੂੰ ਅਸੀਂ ਦੋ ਪਾਰਟਸ 'ਚ ਡਿਵਾਈਡ ਕਰ ਦਿੰਦੇ ਹਾਂ, ਇੱਕ ਇਕਨੋਮਿਕ ਐਕਟੀਵਿਟੀਜ਼, ਇੱਕ ਨੋਨ ਇਕਨੋਮਿਕ ਐਕਟੀਵਿਟੀਜ਼। ਇਕਨੋਮਿਕ ਐਕਟੀਵਿਟੀਜ਼ ਜਿਹਨੂੰ ਆਰਥਿਕ ਕਿਰਿਆਵਾਂ ਅਸੀਂ ਕਹਿੰਦੇ ਹਾਂ, ਬੰਦੇ ਦੀਆਂ ਉਹ ਕਿਰਿਆਵਾਂ ਨੇ ਜਿਹਦੇ ਨਾਲ ਉਹ ਧਨ ਦੀ ਪ੍ਰਾਪਤੀ ਲਈ ਐਫਰਟਸ ਕਰਦਾ, ਪ੍ਰੋਡਕਸ਼ਨ ਕਰ ਰਿਹਾ, ਕੰਜ਼ਮਪਸ਼ਨ ਕਰ ਰਿਹਾ, ਐਕਸਚੇਂਜ ਕਰ ਰਿਹਾ, ਡਿਸਟ੍ਰੀਬਿਊਸ਼ਨ ਕਰ ਰਿਹਾ, ਗਵਰਨਮੈਂਟ ਦੀਆਂ ਪਬਲਿਕ ਫਾਈਨਾਂਸ ਨਾਲ ਰਿਲੇਟਡ ਐਕਟੀਵਿਟੀ, ਇਹ ਸਾਰੀਆਂ ਆਰਥਿਕ ਕਿਰਿਆਵਾਂ ਨੇ। ਦੂਜੇ ਪਾਸੇ ਕੁਝ ਅਨਆਰਥਿਕ ਕਿਰਿਆਵਾਂ ਨੇ, ਜਿੱਦਾਂ ਵਿਅਕਤੀ ਸਮਾਜਿਕ ਕਿਰਿਆਵਾਂ ਕਰਦਾ, ਰਾਜਨੀਤਿਕ ਕਿਰਿਆਵਾਂ, ਵੋਟ ਪਾਉਂਦਾ, ਜਾਂ ਫਿਰ ਕਿਸੇ ਦੀ ਹਮਦਰਦੀ ਲਈ, ਸੋਸ਼ਲ ਐਕਟੀਵਿਟੀ ਦੇ ਲਈ ਕਿਸੇ ਆਪਣੇ ਯਾਰ ਦੋਸਤ ਦੇ ਘਰ ਜਾਂਦਾ, ਮਿਲਦਾ, ਵਰਤਦਾ, ਟੀਵੀ ਦੇਖਦਾ, ਐਂਟਰਟੇਨ ਕਰਦਾ, ਸੱਭਿਆਚਾਰਕ ਕਿਰਿਆਵਾਂ 'ਚ ਹਿੱਸਾ ਪਾਉਂਦਾ, ਇਹ ਸਾਰੀਆਂ ਕਿਰਿਆਵਾਂ ਅਨਆਰਥਿਕ ਕਿਰਿਆਵਾਂ ਨੇ। ਹੁਣ ਇਕਨੋਮਿਕਸ ਦਾ ਸੰਬੰਧ ਕੇਵਲ ਆਰਥਿਕ ਕਿਰਿਆਵਾਂ ਨਾਲ ਨਹੀਂ ਗਾ, ਸਾਨੂੰ ਇਹ ਗੱਲ ਬੜੀ ਨੋਟ ਕਰਨ ਵਾਲੀ ਹੈ, ਇਕਨੋਮਿਕਸ ਇਜ਼ ਨੋਟ ਪਿਓਰਲੀ ਇਕਨੋਮਿਕ ਇਨ ਨੇਚਰ, ਇਕਨੋਮਿਕਸ ਦਾ ਸੰਬੰਧ ਅਨਆਰਥਿਕ ਕਿਰਿਆਵਾਂ ਨਾਲ ਵੀ ਆ। ਸੋ ਜਦੋਂ ਅਸੀਂ ਕਹਿੰਦੇ ਹਾਂ ਵਟ ਇਕਨੋਮਿਕਸ ਇਜ਼ ਆਲ ਅਬਾਊਟ, ਅਤੇ ਇਹਦੇ ਵਿੱਚ ਅਸੀਂ ਕੁਝ ਇਕਨੋਮਿਕ ਐਕਟੀਵਿਟੀਜ਼ ਦੀ ਗੱਲ ਕਰ ਰਹੇ ਹਾਂ। ਇਕਨੋਮਿਕ ਐਕਟੀਵਿਟੀਜ਼ ਪਰਟੀਕੁਲਰਲੀ ਸਾਡਾ ਸੰਬੰਧ ਜਿਹੜਾ ਇਕਨੋਮਿਕ ਐਕਟੀਵਿਟੀਜ਼ ਨਾਲ ਆ। ਹੁਣ ਸਾਨੂੰ ਪਤਾ ਕਿ ਸਾਡੀਆਂ ਲੋੜਾਂ ਅਨੰਤ ਨੇ, ਅਸੀਮਤ ਨੇ, ਵਾਂਟਸ, ਹਿਊਮਨ ਵਾਂਟਸ ਜਿਹੜੀਆਂ ਉਹ ਖਤਮ ਨਹੀਂ ਹੁੰਦਾ, ਅਜੇ ਵਿਅਕਤੀ ਦਾ ਜਨਮ ਵੀ ਨਹੀਂ ਹੋਇਆ ਹੁੰਦਾ, ਉਸਦੀਆਂ ਲੋੜਾਂ ਉਹਦੇ ਜਨਮ ਤੋਂ ਪਹਿਲਾਂ ਸਟਾਰਟ ਹੋ ਜਾਂਦੀਆਂ ਔਰ ਉਹਦੇ ਮਰਨ ਤੋਂ ਬਾਅਦ ਵੀ ਕਈ ਲੋੜਾਂ ਉਹਦੀਆਂ ਰਹਿੰਦੀਆਂ ਨੇ। ਸੋ ਹਿਊਮਨ ਐਕਟੀਵਿਟੀਜ਼ ਜਿਹੜੀਆਂ ਨੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਐਕਟੀਵਿਟੀ ਆ ਇਕਨੋਮਿਕ ਐਕਟੀਵਿਟੀ, ਔਰ ਇਕਨੋਮਿਕ ਐਕਟੀਵਿਟੀ ਅੱਗੋਂ ਜਦੋਂ ਚੱਲਦੀ ਆ ਤਾਂ ਸਾਨੂੰ ਐਫਰਟਸ ਕਰਨੇ ਪੈਂਦੇ ਆ, ਸਾਨੂੰ ਆਪਣੀਆਂ ਵਾਂਟਸ ਨੂੰ ਸੈਟਿਸਫਾਈ ਕਰਨ ਲਈ ਐਫਰਟਸ ਕਰਨੇ ਪੈਂਦੇ ਆ। ਇਹ ਹਿਊਮਨ ਵਾਂਟਸ ਜਿਹੜੀਆਂ ਨੇ ਇਹ ਅਨਲਿਮਿਟਡ ਅਨੰਤ ਨੇ, ਇਹਨਾਂ ਦਾ ਖਾਤਮਾ ਨਹੀਂ ਹੁੰਦਾ, ਦੇ ਆਰ ਅਨਲਿਮਿਟਡ। ਔਰ ਜਿਹੜੀਆਂ ਇਹ ਅਨੰਤ ਲੋੜਾਂ ਨੇ ਸਾਡੀਆਂ, ਇਹਨਾਂ ਨੂੰ ਪੂਰਾ ਕਰਨ ਲਈ ਅਸੀਂ ਐਫਰਟਸ ਕਰਦੇ ਹਾਂ, ਅਸੀਂ ਯਤਨ ਕਰਦੇ ਰਹਿੰਦੇ ਹਾਂ। ਜਿਵੇਂ ਡਾਕਟਰ ਆਪਣੇ ਹਸਪਤਾਲ 'ਚ ਜਾ ਕੇ ਮਰੀਜ਼ ਨੂੰ ਦੇਖਦਾ, ਅਧਿਆਪਕ ਕਾਲਜ ਦੇ ਵਿੱਚ ਜਾ ਕੇ, ਸਕੂਲ ਦੇ ਵਿੱਚ ਜਾ ਕੇ ਪੜ੍ਹਾਉਂਦਾ, ਇਸੇ ਤਰ੍ਹਾਂ ਬਿਜ਼ਨਸਮੈਨ ਆਪਣੇ ਬਿਜ਼ਨਸ ਆਫਿਸ ਦੇ ਵਿੱਚ ਜਾ ਕੇ, ਦੁਕਾਨ 'ਤੇ ਜਾ ਕੇ, ਸੇਲ ਪਰਚੇਜ਼ ਦੀਆਂ ਐਕਟੀਵਿਟੀਜ਼ 'ਤੇ ਪੈ ਜਾਂਦਾ। ਸੋ ਹਰ ਵਿਅਕਤੀ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਐਫਰਟਸ ਕਰਦਾ। ਹੁਣ ਜਦੋਂ ਯਤਨ ਕਰਦਾ ਤਾਂ ਫਿਰ ਉਹਨੂੰ ਕੀ ਮਿਲਦਾ? ਵੈਲਥ ਮਿਲਦੀ, ਧਨ ਮਿਲਦਾ, ਦੌਲਤ। ਪਰ ਇਹ ਮਨੀ ਜਾਂ ਵੈਲਥ ਜਦੋਂ ਉਹਨੂੰ ਮਿਲਦੀ ਆ, ਇਹਦੇ ਨਾਲ ਫਿਰ ਉਹਨੂੰ ਕੀ ਮਿਲਦਾ? ਅੱਗੋਂ ਸੈਟਿਸਫੈਕਸ਼ਨ। ਔਰ ਇਹ ਜਿਹੜਾ ਸਰਕਲ ਆ ਕੰਟੀਨਿਊਲੀ ਚੱਲਦਾ ਰਹਿੰਦਾ, ਹਿਊਮਨ ਵਾਂਟਸ ਤੋਂ ਸਟਾਰਟ ਹੋ ਕੇ ਕੰਟੀਨਿਊਲੀ ਹਰ ਵਿਅਕਤੀ ਇਸ ਸਰਕਲ ਦੇ ਵਿੱਚ ਜਕੜਿਆ ਰਹਿੰਦਾ। ਇਸ ਸਰਕਲ ਨੂੰ ਅਸੀਂ ਕਹਿੰਦੇ ਹਾਂ ਇਕਨੋਮਿਕ ਸਰਕਲ। ਆਰਥਿਕ ਸਮੱਸਿਆਵਾਂ ਨਾਲ ਜੂਝਣ ਦੇ ਲਈ ਅਸੀਂ ਯਤਨ ਕੀਤਾ, ਯਤਨਾਂ ਤੋਂ ਸਾਨੂੰ ਵੈਲਥ ਮਿਲੀ, ਉਹ ਵੈਲਥ ਨੂੰ ਅਸੀਂ ਫਿਰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਦੋਂ ਖਰਚਿਆ ਤਾਂ ਅਸੀਂ ਸੈਟਿਸਫੈਕਸ਼ਨ ਹੋ। ਪਰ ਜਦੋਂ ਕੋਈ ਲੋੜ ਸਾਡੀ ਸੈਟਿਸਫਾਈ ਹੁੰਦੀ ਆ, ਅਸੀਂ ਸੰਤੁਸ਼ਟ ਹੁੰਦੇ ਹਾਂ, ਉੱਥੋਂ ਉਸ ਤੋਂ ਪਹਿਲਾਂ ਹੋਰ ਕੋਈ ਲੋੜ ਅੱਗੋਂ ਪੈਦਾ ਹੋ ਚੁੱਕੀ ਹੁੰਦੀ ਆ। ਸੋ ਮਨੁੱਖੀ ਜੀਵਨ ਇਸ ਤਰ੍ਹਾਂ ਕੰਟੀਨਿਊਲੀ ਚੱਲਦਾ ਰਹਿੰਦਾ, ਅਤੇ ਇਕਨੋਮਿਕਸ ਵਿੱਚ ਅਸੀਂ ਉਹ ਸਾਰੀਆਂ ਗੱਲਾਂ ਸਟੱਡੀ ਕਰਦੇ ਹਾਂ ਜਿਹਨਾਂ ਦਾ ਸੰਬੰਧ ਇਸ ਆਰਥਿਕ ਸਰਕਲ ਨਾਲ ਆ, ਜਿਹਦਾ ਸੰਬੰਧ ਇਸ ਅਨਲਿਮਿਟਡ ਵਾਂਟਸ ਨੂੰ ਪੂਰਾ ਕਰਨ ਲਈ, ਜਦੋਂ ਕੋਈ ਲਿਮਿਟਡ ਮੀਨਸ ਨੂੰ ਯੂਜ਼ ਕਰਦੇ ਹਾਂ, ਪ੍ਰਯੋਗ ਕਰਦੇ ਹਾਂ, ਅਤੇ ਉਹਦੇ ਨਾਲ ਸਾਨੂੰ ਸੈਟਿਸਫੈਕਸ਼ਨ ਮਿਲਦੀ ਆ। ਸੋ ਇਹ ਸਾਰੀਆਂ ਆਰਥਿਕ ਕਿਰਿਆਵਾਂ ਅਸੀਂ ਅਰਥ ਸ਼ਾਸਤਰ ਦੇ ਵਿੱਚ ਪੜ੍ਹਦੇ ਹਾਂ। ਜਦੋਂ ਅਸੀਂ ਅਰਥ ਸ਼ਾਸਤਰ ਕਹਿੰਦੇ ਹਾਂ ਤਾਂ ਸਾਡਾ ਸੰਬੰਧ ਮੇਨਲੀ ਮਾਈਕਰੋ ਇਕਨੋਮਿਕਸ ਨਾਲ, ਵਿਅਕਤੀਗਤ ਅਰਥ ਸ਼ਾਸਤਰ ਨਾਲ ਹੁੰਦਾ।
ਅਦਰਵਾਈਜ਼ ਇਕਨੋਮਿਕਸ ਦੀਆਂ ਬਹੁਤ ਸਾਰੀਆਂ ਹੋਰ ਵੀ ਬ੍ਰਾਂਚਸ ਨੇ, ਜਿੱਦਾਂ ਮੈਕਰੋ ਇਕਨੋਮਿਕਸ ਹੈ, ਇੰਡਸਟਰੀਅਲ ਇਕਨੋਮਿਕਸ ਹੈ, ਐਗਰੀਕਲਚਰਲ ਇਕਨੋਮਿਕਸ ਹੈ, ਪਬਲਿਕ ਫਾਈਨਾਂਸ ਹੈ, ਡਿਸਟ੍ਰੀਬਿਊਸ਼ਨ ਇਕਨੋਮਿਕਸ ਹੈ. ਸੋ ਦੇਰ ਆਰ ਸੋ ਮੈਨੀ ਬ੍ਰਾਂਚਸ ਆਫ ਇਕਨੋਮਿਕਸ, ਬਟ ਮੇਨਲੀ ਵੈਨ ਵੀ ਸੇ ਇਕਨੋਮਿਕਸ ਵੀ ਮੀਨ ਮਾਈਕਰੋ ਇਕਨੋਮਿਕਸ. ਸੋ ਇਕਨੋਮਿਕਸ ਦੀ ਜਿਹੜੀ ਐਵੋਲਿਊਸ਼ਨ ਆ ਉਹਦੇ ਵਿੱਚ ਮਤਭੇਦ ਨੇ, ਬਟ ਫਿਰ ਵੀ ਜਦੋਂ ਅਸੀਂ ਪੁਰਾਣੇ ਗ੍ਰੰਥਾਂ ਨੂੰ, ਵੇਦਾਂ ਨੂੰ ਪੜ੍ਹਦੇ ਹਾਂ ਜਾਂ ਪੁਰਾਣੇ ਲਿਟਰੇਚਰ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਮਿਲਦਾ ਹੈ ਕਿ ਇਕਨੋਮਿਕਸ ਦਾ ਸੰਬੰਧ ਪੋਲੀਟਿਕਸ ਨਾਲ ਜ਼ਿਆਦਾ ਸੀ. ਪਹਿਲਾਂ ਇਹਨੂੰ ਪੋਲੀਟੀਕਲ ਇਕਾਨਮੀ ਹੀ ਕਿਹਾ ਜਾਂਦਾ ਸੀ. ਕੁਟੱਲਿਆ ਦਾ ਜਦੋਂ ਅਸੀਂ ਅਰਥ ਸ਼ਾਸਤਰ ਪੜ੍ਹਦੇ ਹਾਂ ਤਾਂ ਉਹਦੇ 'ਚ ਆਰਥਿਕ ਅਤੇ ਰਾਜਨੀਤਿਕ ਕਿਰਿਆਵਾਂ ਬਾਰੇ ਹੀ ਜਾਣਕਾਰੀ ਦਿੱਤੀ ਗਈ ਆ. ਇਸੇ ਤਰ੍ਹਾਂ ਪਲੈਟੋ ਜਾਂ ਫਿਰ ਅਰਸਤੂ ਜੋ ਮਹਾਨ ਫਿਲੋਸਫਰ ਨੇ, ਵਿਦਵਾਨ ਨੇ, ਉਹਨਾਂ ਨੇ ਵੀ ਇਕਨੋਮਿਕਸ ਦੇ ਵਿੱਚ ਪਰਟੀਕੁਲਰਲੀ ਆਰਥਿਕ ਅਤੇ ਰਾਜਨੀਤਿਕ ਕਿਰਿਆਵਾਂ ਦੀ ਗੱਲ ਹੀ ਕੀਤੀ ਆ. ਸੋ ਇਕਨੋਮਿਕਸ ਨੂੰ ਪਹਿਲਾਂ ਅਸੀਂ ਪੋਲੀਟੀਕਲ ਇਕਾਨਮੀ ਹੀ ਕਹਿੰਦੇ ਸੀ, ਬਟ ਹੁਣ ਇਹ ਬਹੁਤ ਵੱਡੀ ਆਪਣੇ ਆਪ 'ਚ ਇੱਕ ਬ੍ਰਾਂਚ ਬਣ ਚੁੱਕਿਆ. ਸੋ ਇਕਨੋਮਿਕਸ ਨੂੰ ਵੱਖਰੇ ਰੂਪ ਦੇ ਵਿੱਚ, ਵਿਸ਼ੇ ਦੇ ਰੂਪ 'ਚ ਸਾਨੂੰ ਪੜ੍ਹਨ ਦੀ ਲੋੜ ਪੈਂਦੀ ਆ. ਔਰ ਇਹ ਸ਼ਬਦ ਆਮ ਤੌਰ 'ਤੇ ਇਸ ਤੋਂ ਨਿਕਲਿਆ, ਜਦੋਂ ਅਸੀਂ ਕਹਿੰਦੇ ਹਾਂ ਓਇਕੋਸ ਵਰਡ ਲੈਟਿਨ ਭਾਸ਼ਾ ਤੋਂ ਲਿਆ ਗਿਆ. ਇਹਦਾ ਸੰਬੰਧ ਮਤਲਬ ਹੈ ਹਾਊਸ ਹੋਲਡ, ਘਰੇਲੂ. ਅਤੇ ਦੂਸਰਾ ਵਰਡ ਹੈ ਨੋਮੋਸ. ਨੋਮੋਸ ਦਾ ਮਤਲਬ ਹੈ ਪ੍ਰਬੰਧ ਕਰਨਾ, ਮੈਨੇਜਮੈਂਟ ਕਰਨੀ, ਜਾਂ ਫਿਰ ਰੂਲਸ ਰੈਗੂਲੇਸ਼ਨ ਦੇ ਅੰਡਰ ਕੋਈ ਸਟ੍ਰੈਟਜੀ ਤਿਆਰ ਕਰਨੀ. ਸੋ ਜਦੋਂ ਅਸੀਂ ਦੋਨਾਂ ਵਰਡਸ ਨੂੰ ਇਕੱਠਾ ਕਰਦੇ ਹਾਂ ਇਕਨੋਮਿਕਸ ਦੇ ਵਿੱਚ, ਤਾਂ ਇਹਦਾ ਮਤਲਬ ਨਿਕਲਦਾ ਕਿ ਜੋ ਘਰੇਲੂ ਪ੍ਰਬੰਧ ਨਾਲ ਸੰਬੰਧਿਤ ਰੂਲਸ ਰੈਗੂਲੇਸ਼ਨ, ਰੂਲਸ ਨਿਯਮ ਅਸੀਂ ਬਣਾਉਂਦੇ ਹਾਂ. ਪਰ ਅੱਜ ਇਕਨੋਮਿਕਸ ਦਾ ਸੰਬੰਧ ਘਰੇਲੂ ਤੱਕ ਹੀ ਨਹੀਂ ਗਾ, ਅੱਜ ਇਹਦਾ ਸੰਬੰਧ ਬਹੁਤ ਵਿਸ਼ਾਲ ਹੋ ਚੁੱਕਾ. ਇਹਦੇ ਵਿੱਚ ਸਰਕਾਰਾਂ ਵੀ ਆ ਜਾਂਦੀਆਂ, ਇਹ 'ਚ ਸਾਰੇ ਸਿਸਟਮਸ ਵੀ ਇੰਕਲੂਡ ਹੋ ਜਾਂਦੇ ਆ, ਅਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਰਾਸ਼ਟਰੀ ਅੰਤਰਰਾਸ਼ਟਰੀ ਕਿਰਿਆਵਾਂ ਆਉਂਦੀਆਂ ਨੇ ਜਿਹਨਾਂ ਦਾ ਸੰਬੰਧ ਇਸ ਆਰਥਿਕ ਸਰਕਲ ਨਾਲ ਹੈ. ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਸਾਨੂੰ ਸਮਝਣ ਦੀ ਲੋੜ ਹੈ ਉਹ ਹੈ ਕਿ ਇਕਨੋਮਿਕਸ ਦਾ ਸੰਬੰਧ ਕਾਹਦੇ ਨਾਲ ਹੈ, ਇਕਨੋਮਿਕਸ ਕੀ ਦੱਸਦੀ ਹੈ. ਸੋ ਇਹ ਪਹਿਲਾ ਪਾਰਟ ਆਪਾਂ ਇਹਦੇ ਵਿੱਚ ਲਿਆ. ਅਗਲਾ ਸਵਾਲ ਜਿਹੜਾ ਪੈਦਾ ਹੁੰਦਾ ਹੈ ਉਹ ਹੈ ਵੀ ਅਰਥ ਸ਼ਾਸਤਰ ਹੈ ਕੀ, ਅਰਥ ਸ਼ਾਸਤਰ ਦੀ ਡੈਫੀਨੇਸ਼ਨ ਕੀ ਆ, ਇਹਦੀ ਪਰਿਭਾਸ਼ਾ ਕੀ ਆ. ਬਹੁਤ ਸਾਰੇ ਵਿਦਵਾਨਾਂ ਨੇ ਸ਼ੁਰੂ ਤੋਂ ਹੀ ਅਰਥ ਸ਼ਾਸਤਰ ਨੂੰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਆ. ਜਿੰਨੀਆਂ ਵੀ ਪਰਿਭਾਸ਼ਾਵਾਂ ਆਈਆਂ ਨੇ ਉਹਨਾਂ ਵਿੱਚ ਹਰ ਅਰਥ ਸ਼ਾਸਤਰੀ ਦਾ ਆਪਣਾ ਆਪਣਾ ਵਿਚਾਰ ਹੈ. ਇਸੇ ਕਰਕੇ ਕਈ ਵਾਰੀ ਇਹ ਕਿਹਾ ਜਾਂਦਾ ਕਿ ਜਿੱਥੇ 6 ਇਕਾਨੋਮਿਸਟ ਇਕੱਠੇ ਹੋ ਜਾਣ ਉੱਥੇ 7 ਰਾਏ ਹੋ ਜਾਂਦੀਆਂ. ਜਾਂ ਕੇਂਜ ਨੇ ਤਾਂ ਇੱਥੇ ਤੱਕ ਵੀ ਕਿਹਾ ਕਿ ਇਕਨੋਮਿਕਸ ਹੈਜ਼ ਸਟਰੈਂਗਲਡ ਇਟਸੈਲਫ ਵਿਦ ਡੈਫੀਨੇਸ਼ਨਸ, ਕਿ ਅਰਥ ਸ਼ਾਸਤਰ ਨੇ ਆਪਣੇ ਗਲੇ ਦੇ ਵਿੱਚ ਪਰਿਭਾਸ਼ਾਵਾਂ ਦਾ ਫੰਦਾ ਪਾਇਆ ਹੋਇਆ. ਪਰ ਫਿਰ ਵੀ ਅਰਥ ਸ਼ਾਸਤਰੀ, ਕਿਉਂਕਿ ਕਦੀ ਹਾਰ ਨਹੀਂ ਮੰਨਦੇ, ਕੋਈ ਵੀ ਔਖਾ ਕੰਮ ਹੋਵੇ ਉਹਨੂੰ ਉਹ ਕਰਕੇ ਸੌਖਾ ਕਰਕੇ ਦਿਖਾ ਦਿੰਦੇ ਆ. ਇਸੇ ਤਰ੍ਹਾਂ ਹੀ ਜਿੰਨੀਆਂ ਵੀ ਅਰਥ ਸ਼ਾਸਤਰ ਦੀਆਂ ਪਰਿਭਾਸ਼ਾਵਾਂ ਨੇ ਉਹ ਬਹੁਤ ਕੰਪਲੈਕਸ ਨੇ, ਵੇਗ ਵੀ ਨੇ, ਪਰ ਫਿਰ ਵੀ ਉਹਨਾਂ ਨੂੰ ਵੱਡੇ 4 ਹਿੱਸਿਆਂ ਵਿੱਚ ਅਸੀਂ ਵੰਡਦੇ ਹਾਂ. ਸੋ ਪਹਿਲਾ ਹਿੱਸਾ ਆਪਾਂ ਇੱਥੇ ਡਿਸਕਸ ਕਰਨ ਲੱਗੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਵੈਲਥ ਡੈਫੀਨੇਸ਼ਨ, ਧਨ ਸੰਬੰਧੀ ਪਰਿਭਾਸ਼ਾ. ਪਹਿਲੀ ਤਰ੍ਹਾਂ ਦੀ ਵਰਗੀਕਰਨ ਦੇ ਵਿੱਚ ਪਰਿਭਾਸ਼ਾ ਹੈ ਇਕਨੋਮਿਕਸ ਦੀ, ਉਹ ਪਰਿਭਾਸ਼ਾ ਜਿਹਦਾ ਸੰਬੰਧ ਧਨ ਨਾਲ, ਵੈਲਥ ਨਾਲ. ਸਭ ਤੋਂ ਪਹਿਲਾਂ ਡਾਕਟਰ ਐਲਫਰਡ ਮਾਰਸ਼ਲ ਨੇ, ਅਸੀਂ ਐਡਮ ਸਮਿਥ ਦੀ ਗੱਲ ਕਰਦੇ ਹਾਂ, ਐਡਮ ਸਮਿਥ ਨੇ 1776 ਦੇ ਵਿੱਚ ਇੱਕ ਕਿਤਾਬ ਲਿਖੀ. ਉਸ ਕਿਤਾਬ ਨੂੰ ਸੌਖੇ ਸ਼ਬਦਾਂ ਅਸੀਂ ਕਹਿ ਦਿੰਦੇ ਹਾਂ ਵੈਲਥ ਆਫ ਨੇਸ਼ਨਸ. ਪੂਰਾ ਕਿਤਾਬ ਦਾ ਨਾਂ ਹੈ ਐਨ ਇਨਕੁਆਇਰੀ ਇਨ ਟੂ ਦਾ ਨੇਚਰ ਆਫ ਕਾਜ਼ਿਜ਼ ਆਫ ਵੈਲਥ ਆਫ ਨੇਸ਼ਨਸ. ਇਸ ਬੁੱਕ ਦੇ ਵਿੱਚ ਸਭ ਤੋਂ ਪਹਿਲਾਂ ਐਡਮ ਸਮਿਥ ਨੇ ਇਕਨੋਮਿਕਸ ਨੂੰ ਡਿਫਾਈਨ ਕੀਤਾ. ਇਸੇ ਕਰਕੇ ਅਸੀਂ ਇਕਨੋਮਿਕਸ ਦਾ ਜਿਹੜਾ ਪਿਤਾਮਾ ਹੈ, ਫਾਦਰ ਆਫ ਇਕਨੋਮਿਕਸ, ਉਹ ਅਸੀਂ ਐਡਮ ਸਮਿਥ ਨੂੰ ਮੰਨਦੇ ਹਾਂ. ਸੋ ਐਡਮ ਸਮਿਥ ਨੇ 1776 ਦੇ ਵਿੱਚ ਜਿਹੜੀ ਇਹ ਬੁੱਕ ਲਿਖੀ ਆ ਉਹਦੇ ਵਿੱਚ ਕੀ ਡੈਫੀਨੇਸ਼ਨ ਦਿੱਤੀ ਆ ਇਕਨੋਮਿਕਸ ਦੀ, ਉਹ ਹੈ ਇਕਨੋਮਿਕਸ ਇਜ਼ ਏ ਸਾਇੰਸ ਆਫ ਵੈਲਥ ਆਫ ਨੇਸ਼ਨਸ. ਰਾਸ਼ਟਰਾਂ ਦੇ ਧਨ ਦਾ ਵਿਗਿਆਨ, ਉਹਨੂੰ ਅਰਥ ਸ਼ਾਸਤਰ ਕਿਹਾ. ਹੁਣ ਇੱਥੇ ਫੋਕਸ ਕਰਨ ਵਾਲੀ ਗੱਲ ਜਿਹੜੀ ਹੈ ਉਹ ਹੈ ਕਿ ਵੈਲਥ, ਇਕਨੋਮਿਕਸ ਦਾ ਕੋਰ ਪਾਰਟ ਜਿਹੜਾ ਹੈ ਉਹ ਹੈ ਵੈਲਥ. ਹੁਣ ਵੈਲਥ ਦਾ ਅਰਥ ਕੀ ਹੈ? ਵੈਲਥ ਜੋ ਐਡਮ ਸਮਿਥ ਨੇ ਅਰਥ ਲਿਆ ਉਹ ਵੈਲਥ ਮਟੀਰੀਅਲ ਵੈਲਥ ਹੈ, ਇਮਟੀਰੀਅਲ ਵੈਲਥ ਨਹੀਂ ਜੀ.
ਇਹ ਜਿਹੜਾ ਧਨ ਆ ਇਹ ਉਹਨਾਂ ਸਾਰੇ ਪਦਾਰਥਾਂ ਦੇ ਰੂਪ 'ਚ ਆ ਜਿਹੜਾ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਵਰਤੋਂ 'ਚ ਲਿਆਉਂਦਾ। ਫੋਰ ਐਗਜ਼ਾਂਪਲ ਜਿੱਦਾਂ ਅਸੀਂ ਕਹਿੰਦੇ ਹਾਂ ਕੱਪੜੇ ਆ, ਮਕਾਨ ਹੈ, ਰੋਟੀ ਹੈ, ਕਾਰ ਹੈ, ਕੋਠੀ ਆ, ਇਹ ਸਾਰਾ ਵੈਲਥ ਹੈ। ਔਰ ਅੱਜ ਕੱਲ੍ਹ ਵੈਲਥ ਦੀ ਪਰਿਭਾਸ਼ਾ ਹੋਰ ਵਿਸ਼ਾਲ ਹੋ ਗਈ ਆ, ਬਟ ਜੋ ਐਡਮ ਸਮਿਥ ਨੇ ਗੱਲ ਕੀਤੀ ਆ ਉਹ ਵੈਲਥ ਦੇ ਵਿੱਚ ਮਟੀਰੀਅਲ ਵੈਲਥ ਨੂੰ ਅਸੀਂ ਇਨਕਲੂਡ ਕਰਦੇ ਹਾਂ। ਹੁਣ ਇਹ ਜਿਹੜੀ ਮਟੀਰੀਅਲ ਵੈਲਥ ਹੈ ਉਹ ਇਕਨੋਮਿਕ ਮੈਨ ਪ੍ਰੋਡਿਊਸ ਕਰਦੀ ਆ, ਆਰਥਿਕ ਵਿਅਕਤੀ। ਐਡਮ ਸਮਿਥ ਅਨੁਸਾਰ ਇਕਨੋਮਿਕਸ ਵਿੱਚ ਕੇਵਲ ਅਤੇ ਕੇਵਲ ਆਰਥਿਕ ਮਨੁੱਖ ਦਾ ਅਧਿਐਨ ਹੋਣਾ। ਆਰਥਿਕ ਮਨੁੱਖ ਉਹ ਮਨੁੱਖ ਹੈ ਜੋ ਆਪਣੀ ਹਰ ਕਿਰਿਆ ਵੈਲਥ ਲਈ ਕਰਦਾ, ਵੈਲਥ ਕਮਾ ਰਿਹਾ, ਵੈਲਥ ਖਰਚ ਰਿਹਾ, ਆਪਣੀਆਂ ਲੋੜਾਂ ਦੀ ਪੂਰਤੀ ਕਰ ਰਿਹਾ। ਸੋ ਐਡਮ ਸਮਿਥ ਨੇ ਜੋ ਫੋਕਸ ਕੀਤਾ ਹੈ ਉਹ ਵੈਲਥ 'ਤੇ ਆ, ਵੈਲਥ ਮਟੀਰੀਅਲ ਆ, ਔਰ ਉਹਦੇ ਨਾਲ ਸੰਬੰਧਿਤ ਜਿਹੜਾ ਵਿਅਕਤੀ ਆ ਉਹ ਇਕਨੋਮਿਕ ਮੈਨ ਆ। ਐਡਮ ਸਮਿਥ ਦੀ ਇਹ ਪਰਿਭਾਸ਼ਾ ਦੀ ਕਾਫੀ ਕ੍ਰਿਟਿਸਿਜ਼ਮ ਹੋਈ, ਬਹੁਤ ਸਾਰੇ ਲੋਕਾਂ ਨੇ ਇਕਨੋਮਿਕਸ ਨੂੰ ਭੱਦਾ ਵਿਗਿਆਨ, ਡਿਸਮਲ ਸਾਇੰਸ ਕਹਿਣਾ ਸ਼ੁਰੂ ਕਰ ਦਿੱਤਾ। ਇਟ ਇਜ਼ ਸਾਇੰਸ ਆਫ ਬ੍ਰੈਡ ਐਂਡ ਬਟਰ, ਰੋਜ਼ੀ ਰੋਟੀ ਨਾਲ ਸੰਬੰਧਿਤ ਹੀ ਆ। ਮਨੁੱਖ ਇਹਨੂੰ ਕੁਬੇਰ ਦਾ, ਦੇਵਤੇ ਦਾ ਵਿਗਿਆਨ ਕਹਿਣਾ ਸ਼ੁਰੂ ਕਰ ਦਿੱਤਾ। ਔਰ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਲੋਕ ਜਿਹੜੇ ਅਰਥ ਸ਼ਾਸਤਰ ਨਾਲ ਸੰਬੰਧਿਤ ਆ ਉਹ ਕੰਜੂਸ ਨੇ, ਉਹ ਪੈਸੇ ਨੂੰ ਬਚਾਉਣ ਦੀ ਗੱਲ ਕਰਦੇ ਆ, ਉਹ ਸਿਰਫ ਆਪਣਾ ਹੀ ਸੋਚਦੇ ਆ, ਉਹ ਕਿਸੇ ਦੂਸਰੇ ਦੀ ਭਲਾਈ ਬਾਰੇ ਨਹੀਂ ਸੋਚਦੇ। ਇਸ ਕਰਕੇ ਇਹ ਪਰਿਭਾਸ਼ਾ ਦੀ ਬਹੁਤ ਸਾਰੀ ਆਲੋਚਨਾ ਹੋਈ। ਇਸ ਆਲੋਚਨਾ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜੀ 1890 ਦੇ ਵਿੱਚ ਡਾਕਟਰ ਐਲਫਰਡ ਮਾਰਸ਼ਲ ਉਹਨਾਂ ਨੇ ਆਪਣੀ ਕਿਤਾਬ ਲਿਖੀ, ਐਲਫਰਡ ਮਾਰਸ਼ਲ। ਇਹ ਦੂਸਰੀ ਤਰ੍ਹਾਂ ਦੀ ਡੈਫੀਨੇਸ਼ਨ ਦਿੰਦੇ ਨੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਵੈਲਫੇਅਰ ਡੈਫੀਨੇਸ਼ਨ ਆਫ ਇਕਨੋਮਿਕਸ। ਸੋ ਪਹਿਲੀ ਡੈਫੀਨੇਸ਼ਨ ਵੈਲਥ ਡੈਫੀਨੇਸ਼ਨ ਆ, ਦੂਜੀ ਡੈਫੀਨੇਸ਼ਨ ਵੈਲਫੇਅਰ ਡੈਫੀਨੇਸ਼ਨ। ਮਾਰਸ਼ਲ ਦੇ ਅਕੋਰਡਿੰਗਲੀ ਇਕਨੋਮਿਕਸ ਵਿੱਚ ਧਨ ਦਾ ਅਧਿਐਨ ਹੈ, ਪਰ ਧਨ ਦਾ ਅਧਿਐਨ ਸੈਕੰਡਰੀ, ਪ੍ਰਾਇਮਰੀ ਅਧਿਐਨ ਜਿਹੜਾ ਉਹ ਮਨੁੱਖ ਦਾ। ਮੈਨ ਇਜ਼ ਪ੍ਰਾਇਮਰੀ, ਵੈਲਥ ਇਜ਼ ਸੈਕੰਡਰੀ। ਮੈਨ ਇਜ਼ ਨੋਟ ਫੋਰ ਵੈਲਥ, ਵੈਲਥ ਇਜ਼ ਫੋਰ ਮੈਨ। ਸੋ ਇਕਨੋਮਿਕਸ 'ਚ ਅਸੀਂ ਵੈਲਫੇਅਰ ਦੀ ਗੱਲ ਕਰਾਂਗੇ, ਔਰ ਇਹ ਜਿਹੜਾ ਵੈਲਫੇਅਰ ਆ ਫਿਰ ਮਾਰਸ਼ਲ ਮੁਤਾਬਕ ਮਟੀਰੀਅਲ ਵੈਲਫੇਅਰ ਆ, ਇਹ ਇਮਟੀਰੀਅਲ ਵੈਲਫੇਅਰ ਦੀ ਗੱਲ ਮਾਰਸ਼ਲ ਨਹੀਂ ਕਰ ਰਹੇ। ਇਹ ਜਿਹੜਾ ਮਟੀਰੀਅਲ ਵੈਲਫੇਅਰ ਆ ਇਹ ਮੈਨਕਾਈਂਡ ਐਕਟੀਵਿਟੀਜ਼ ਨੇ, ਆਰਡਨਰੀ ਬਿਜ਼ਨਸ ਆਫ ਐਕਟੀਵਿਟੀਜ਼ ਆਫ ਮੈਨਕਾਈਂਡ, ਇਹ ਟਰਮ ਮਾਰਸ਼ਲ ਨੇ ਆਪਣੀ ਡੈਫੀਨੇਸ਼ਨ 'ਚ ਵੀ ਯੂਜ਼ ਕੀਤੀ ਆ। ਸੋ ਮਾਰਸ਼ਲ ਦੇ ਮੁਤਾਬਕ ਇਕਨੋਮਿਕਸ ਦਾ ਅਧਿਐਨ ਵੈਲਫੇਅਰ ਨਾਲ ਸੰਬੰਧਿਤ ਆ। ਮਾਰਸ਼ਲ ਨੇ ਇਕਨੋਮਿਕਸ ਨੂੰ ਇੱਕ ਸਾਇੰਸ ਮੰਨਿਆ, ਬਟ ਨੋਰਮੇਟਿਵ ਸਾਇੰਸ, ਆਦਰਸ਼ਾਤਮਕ ਵਿਗਿਆਨ, ਆਈਡਲਿਸਟਿਕ, ਜਿਹਦੇ ਵਿੱਚ ਕੋਈ ਸੁਝਾਅ ਦਿੱਤਾ ਜਾਂਦਾ, ਜਿਹ 'ਚ ਦੱਸਿਆ ਜਾਂਦਾ ਕਿ ਵੱਟ ਸ਼ੁੱਡ ਬੀ, ਵੱਟ ਆਊਟ ਟੂ ਬੀ, ਕੀ ਹੋਣਾ ਚਾਹੀਦਾ ਹੈ। ਜਦਕਿ ਐਡਮ ਸਮਿਥ ਇਹਦੀ ਕੋਈ ਗੱਲ ਨਹੀਂ ਕਰਦੇ। ਮਾਰਸ਼ਲ ਇਕਨੋਮਿਕਸ ਨੂੰ ਇੱਕ ਸਾਇੰਸ ਮੰਨਦੇ ਆ, ਬਟ ਇਹ ਪੋਜ਼ਿਟਿਵ ਸਾਇੰਸ ਨਹੀਂ ਗੀ, ਇਹ ਸ਼ੁੱਧ ਵਿਗਿਆਨ ਨਹੀਂ ਗਾ, ਇਹ ਇੱਕ ਸੋਸ਼ਲ ਸਾਇੰਸ ਆ, ਇਹ ਇੱਕ ਇਸ ਤਰ੍ਹਾਂ ਦੀ ਸਾਇੰਸ ਆ ਜਿਹਦੇ ਵਿੱਚ ਅਸੀਂ ਸੁਝਾਅ ਦੇ ਸਕਦੇ ਹਾਂ, ਔਰ ਕਈ ਪ੍ਰੋਬਲਮ ਜਿੱਦਾਂ ਪਾਵਰਟੀ, ਅਨਇੰਪਲਾਇਮੈਂਟ, ਇਨਇਕੁਆਲਿਟੀ, ਇਹਨਾਂ ਨੂੰ ਖਤਮ ਕਰਨ ਦੀ ਗੱਲ ਵੀ ਕਰਦੇ ਹਾਂ। ਸੋ ਦੂਸਰੀ ਵੱਡੀ ਡੈਫੀਨੇਸ਼ਨ ਜਿਹੜੀ ਇਹ ਉਹ ਹੈ ਵੈਲਫੇਅਰ ਡੈਫੀਨੇਸ਼ਨ। ਬਹੁਤ ਸਾਰੇ ਸਪੋਰਟਰ ਨੇ ਇਸ ਡੈਫੀਨੇਸ਼ਨ ਦੇ, ਪਰ ਇਸ ਡੈਫੀਨੇਸ਼ਨ ਦੀ ਵੀ ਬਹੁਤ ਸਾਰੀ ਆਲੋਚਨਾ ਹੋਈ, ਜਿਸ ਕਰਕੇ ਤੀਸਰੀ ਤਰ੍ਹਾਂ ਦੀ ਡੈਫੀਨੇਸ਼ਨ ਸਾਡੇ ਕੋਲ ਆਉਂਦੀ ਆ, ਰੋਬਿਨਸ ਡੈਫੀਨੇਸ਼ਨ, ਉਹਨੂੰ ਅਸੀਂ ਸਕਾਰਸਿਟੀ ਡੈਫੀਨੇਸ਼ਨ ਆਫ ਇਕਨੋਮਿਕਸ ਵੀ ਕਹਿੰਦੇ ਹਾਂ। ਅਰਥਸ਼ਾਸਤਰ ਦੀ ਪਰਿਭਾਸ਼ਾ ਜਿਵੇਂ ਕਿ ਅੱਗੇ ਸਮੇਂ ਦੇ ਬੀਤਣ ਨਾਲ ਵਿਕਸਿਤ ਹੁੰਦੀ ਗਈ, ਪਹਿਲੀ ਤਰ੍ਹਾਂ ਦੀ ਪਰਿਭਾਸ਼ਾ ਵੈਲਥ, ਫਿਰ ਵੈਲਫੇਅਰ, ਅਤੇ ਤੀਸਰੀ ਇੱਕ ਹੋਰ ਪਰਿਭਾਸ਼ਾ 1932 ਦੇ ਵਿੱਚ ਆਈ, ਜਿਹਨੂੰ ਕਿ ਪ੍ਰੋਫੈਸਰ ਰੋਬਿਨਸ ਨੇ ਦਿੱਤਾ, ਔਰ ਉਹਨੂੰ ਅਸੀਂ ਸਕਾਰਸਿਟੀ ਡੈਫੀਨੇਸ਼ਨ ਆਫ ਇਕਨੋਮਿਕਸ ਕਹਿੰਦੇ ਹਾਂ। ਸਕਾਰਸਿਟੀ ਡੈਫੀਨੇਸ਼ਨ ਇਹ 1932 ਦੇ ਵਿੱਚ ਰੋਬਿਨਸ ਨੇ ਦਿੱਤੀ। ਇਸ ਡੈਫੀਨੇਸ਼ਨ ਦੇ ਵਿੱਚ ਜੋ ਖਾਸ ਵਿਸ਼ੇਸ਼ਤਾ ਹੈ ਜਿਹੜੀ ਕਿ ਇਹਨੂੰ ਵੈਲਫੇਅਰ ਡੈਫੀਨੇਸ਼ਨ ਤੋਂ ਅਲੱਗ ਕਰਦੀ ਆ, ਉਹਤੇ ਅਸੀਂ ਫੋਕਸ ਕਰਦੇ ਹਾਂ। ਰੋਬਿਨਸ ਦੇ ਮੁਤਾਬਕ ਇਕਨੋਮਿਕਸ ਦਾ ਸੰਬੰਧ ਵੈਲਫੇਅਰ ਨਾਲ ਨਹੀਂ, ਕਿਉਂਕਿ ਇਕਨੋਮਿਕਸ ਨੂੰ ਉਹ ਇੱਕ ਸਾਇੰਸ ਮੰਨਦਾ, ਪਰ ਇਹ ਸ਼ੁੱਧ ਵਿਗਿਆਨ ਲੈਂਦਾ, ਪੋਜ਼ਿਟਿਵ ਸਾਇੰਸ, ਨੋਰਮੇਟਿਵ ਨਹੀਂ ਮੰਨਦਾ।
ਇਕਨੋਮਿਕਸ ਵਿੱਚ ਉਹਨੇ ਚਾਰ ਮੇਨ ਗੱਲਾਂ ਇਨਕਲੂਡ ਕੀਤੀਆਂ ਨੇ। ਸਭ ਤੋਂ ਪਹਿਲੀ ਗੱਲ ਕਿ ਇਕਨੋਮਿਕਸ ਇੱਕ ਸਾਇੰਸ ਹੈ ਤੇ ਇਹ ਸਾਇੰਸ ਕਿਹੜੀ ਹੈ, ਹਿਊਮਨ ਬਿਹੇਵੀਅਰ ਨਾਲ ਸੰਬੰਧਿਤ ਸਾਇੰਸ ਹੈ, ਮਨੁੱਖੀ ਵਿਵਹਾਰ ਨਾਲ। ਹੁਣ ਮਨੁੱਖੀ ਵਿਵਹਾਰ ਅੱਗੋਂ ਦੋ ਗੱਲਾਂ ਤੇ ਨਿਰਭਰ ਕਰਦਾ। ਪਹਿਲੀ ਗੱਲ ਮਨੁੱਖੀ ਲੋੜਾਂ ਜਿਹੜੀਆਂ ਕਿ ਅਸੀਮਤ ਨੇ, ਐਂਡ ਨਹੀਂ ਹੁੰਦੀਆਂ, ਲਗਾਤਾਰ ਇੱਕ ਲੋੜ ਪੂਰੀ ਹੁੰਦੀ ਤੇ ਦੂਜੀ ਪੈਦਾ ਹੋ ਜਾਂਦੀ ਆ, ਫਿਰ ਤੀਜੀ, ਮਨੁੱਖੀ ਜੀਵਨ ਇੱਦਾਂ ਲੰਘਦਾ ਜਾਂਦਾ। ਤੇ ਦੂਸਰਾ ਹੈ ਸਾਧਨ, ਮੀਨਸ ਲਿਮਿਟਡ, ਜਿਹੜੇ ਸਾਧਨ ਨੇ ਸਾਡੇ, ਜਿਹੜੇ ਰਿਸੋਰਸਿਸ ਨੇ ਉਹ ਬਹੁਤ ਸੀਮਤ ਨੇ। ਇਹ ਰਿਸੋਰਸਿਸ ਵਿਅਕਤੀ ਦੇ ਵੀ ਸੀਮਤ ਨੇ, ਕਿਸੇ ਫਰਮ ਦੇ ਵੀ, ਕਿਸੇ ਦੇਸ਼ ਦੇ ਵੀ, ਤੇ ਇਸੇ ਤਰ੍ਹਾਂ ਹੀ ਸਾਰੇ ਸੰਸਾਰ ਦੇ। ਜਦ ਤੱਕ ਸਾਡੀਆਂ ਲੋੜਾਂ ਅਸੀਮਤ ਤੇ ਸਾਧਨ ਸੀਮਤ ਨੇ, ਫਿਰ ਇੱਕ ਹੋਰ ਅੱਗੋਂ ਸਮੱਸਿਆ ਪੈਦਾ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਚੋਣ ਦੀ ਸਮੱਸਿਆ, ਪ੍ਰੋਬਲਮ ਆਫ ਚੋਇਸ। ਸਾਡੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਾਧਨ ਸੀਮਤ ਆ, ਇਸ ਲਈ ਸਾਨੂੰ ਪ੍ਰਾਇਓਰਟੀ ਦੇਣੀ ਪਏਗੀ, ਪ੍ਰਾਥਮਿਕਤਾ ਦੇਣੀ ਪਏਗੀ, ਪਹਿਲਤਾ ਦੇਣੀ ਪਏਗੀ, ਕਿਹੜੀ ਲੋੜ ਨੂੰ ਪਹਿਲਾਂ ਪੂਰਾ ਕੀਤਾ ਜਾਵੇ, ਸਾਧਨਾਂ ਨੂੰ ਕਿਸ ਢੰਗ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਕਿ ਸਾਡੀਆਂ ਵੱਧ ਤੋਂ ਵੱਧ ਲੋੜਾਂ ਪੂਰੀਆਂ ਹੋ ਸਕਣ। ਸੋ ਰੌਬਿਨਸ ਇਹਨਾਂ ਗੱਲਾਂ ਦੇ ਉੱਤੇ ਜ਼ੋਰ ਦੇ ਕੇ ਕਹਿੰਦੇ ਨੇ ਕਿ ਇਕਨੋਮਿਕਸ ਇੱਕ ਉਹ ਸਾਇੰਸ ਆ ਜਿਹਦਾ ਸੰਬੰਧ ਹਿਊਮਨ ਬਿਹੇਵੀਅਰ ਨਾਲ ਆ, ਔਰ ਇਹ ਹਿਊਮਨ ਬਿਹੇਵੀਅਰ ਅੱਗੋਂ ਅਨਲਿਮਿਟਡ ਹਿਊਮਨ ਵਾਂਟਸ ਅਤੇ ਲਿਮਿਟਡ ਮੀਨਸ ਨਾਲ ਰਿਲੇਟਡ ਆ। ਹੁਣ ਇਹ ਜਿਹੜੇ ਮੀਨਸ ਸੀਮਤ ਨੇ, ਇਹਨਾਂ ਦੀ ਅਗਲੀ ਸਮੱਸਿਆ ਇਹ ਪੈਦਾ ਹੋ ਜਾਂਦੀ ਵੀ ਇਹਨਾਂ ਦੇ ਪ੍ਰਯੋਗ ਵੱਖਰੇ ਵੱਖਰੇ ਨੇ। ਉਦਾਹਰਣ ਦੇ ਤੌਰ 'ਤੇ ਮੰਨ ਲਓ ਮੇਰੇ ਕੋਲ 100 ਰੁਪਏ ਆ, 100 ਰੁਪੀਜ਼ ਮੈਂ ਵੱਖ ਵੱਖ ਲੋੜਾਂ ਦੇ ਉੱਤੇ ਖਰਚ ਕਰਨੇ ਚਾਹੁੰਦਾ, ਪਰ ਉਹ ਜਿਹੜੇ ਵੱਖ ਵੱਖ ਲੋੜਾਂ ਦੇ ਉੱਤੇ ਪੈਸੇ ਖਰਚ ਕਰਨੇ ਆ, ਮੈਨੂੰ ਪਹਿਲਾਂ ਚੋਣ ਕਰਨੀ ਪਈ ਕਿ ਮੈਂ ਪਹਿਲਾਂ ਕਿਹੜੀ ਲੋੜ ਪੂਰੀ ਕਰਾਂ, ਦੂਜੀ ਕਿਹੜੀ ਕਰਾਂ। ਇਹ ਜਿਹੜਾ 100 ਰੁਪਇਆ ਹੈ ਇਹਦੇ ਨਾਲ ਮੈਂ ਕਈ ਪ੍ਰਯੋਗ ਕਰ ਸਕਦਾ। ਸੋ ਇਸ ਕਰਕੇ ਜਦੋਂ ਪ੍ਰਯੋਗ ਵੱਧ ਜਾਣਗੇ, ਸਾਧਨਾਂ ਦੇ ਪ੍ਰਯੋਗ ਵੱਧ ਜਾਣਗੇ ਤਾਂ ਸਾਧਨ ਹੋਰ ਥੁੱਟ ਜਾਣਗੇ। ਸੋ ਇਸ ਕਰਕੇ ਇਕਨੋਮਿਕਸ ਦਾ ਸੰਬੰਧ ਇਹਨਾਂ ਚਾਰ ਮੇਨ ਗੱਲਾਂ ਨਾਲ ਰੌਬਿਨਸ ਨੇ ਕੀਤਾ। ਦੈਟ ਇਜ਼ ਵਾਈ ਵੀ ਸੇ ਦੈਟ ਦਿਸ ਡੈਫੀਨੇਸ਼ਨ ਇਜ਼ ਸਕੈਰਸਿਟੀ ਡੈਫੀਨੇਸ਼ਨ, ਦੁਰਲਭਤਾ ਦਾ ਪਰਿਭਾਸ਼ਾ ਆਪਾਂ ਕਹਿ ਦਿੰਦੇ ਹਾਂ। ਪਰ ਇਹ ਜਿਹੜੀ ਡੈਫੀਨੇਸ਼ਨ ਆ ਇਹਦੀ ਵੀ ਬਹੁਤ ਸਾਰੀ ਆਲੋਚਨਾ ਹੋਈ ਆ। ਅੱਜ ਦੇ ਜਿਹੜੇ ਮਾਡਰਨ ਇਕਾਨੋਮਿਸਟ ਨੇ, ਖਾਸ ਤੌਰ 'ਤੇ 1960 ਤੋਂ ਬਾਅਦ ਜਿਹੜੇ ਇਕਾਨੋਮਿਸਟ ਆਏ ਨੇ, ਉਹਨਾਂ ਨੇ ਇਸ ਡੈਫੀਨੇਸ਼ਨ ਨੂੰ ਵੀ ਰਿਫਿਊਟ ਕੀਤਾ। ਸੋ ਮਾਡਰਨ ਡੈਫੀਨੇਸ਼ਨ ਆਪਾਂ ਜਵਾਬ ਜਿਹੜੀ ਪੜ੍ਹਦੇ ਹਾਂ, ਉਹਨੂੰ ਕਈ ਵਾਰੀ ਗਰੋਥ ਓਰੀਐਂਟਡ ਡੈਫੀਨੇਸ਼ਨ ਵੀ ਕਹਿ ਦਿੰਦੇ ਆ, ਗਰੋਥ ਡੈਫੀਨੇਸ਼ਨ ਕਹਿ ਦਿੰਦੇ ਆ। ਇਹ ਜਿਹੜੀ ਡੈਫੀਨੇਸ਼ਨ 1960 ਔਨਵਰਡ ਬਹੁਤ ਸਾਰੇ ਇਕਾਨੋਮਿਸਟ ਨੇ ਦਿੱਤੀ ਆ। ਸੋ ਇਹਦੇ ਵਿੱਚ ਮੇਨਲੀ ਅਸੀਂ ਜੋ ਡਿਸਕਸ ਕਰਦੇ ਹਾਂ, ਸੈਮਿਲਸਨ ਨੂੰ ਲੈ ਲੈਂਦੇ ਹਾਂ ਜਾਂ ਫਿਰ ਹੋਰ ਇਸ ਤਰ੍ਹਾਂ ਦੇ ਨਵੇਂ ਇਕਾਨੋਮਿਸਟ ਜਿਹੜੇ ਆਏ ਨੇ, ਪਾਲ ਕ੍ਰੁਗਸਨ ਹੈ ਜਾਂ ਫਿਰ ਬੈਨਰਜੀ ਹੈ, ਇਹ ਸਾਰੇ ਇਕਾਨੋਮਿਸਟ ਏ ਕੇ ਸੇਨ ਜਿਹੜੇ ਨੋਬਲ ਪ੍ਰਾਈਜ਼ ਵਿਨਰ ਵੀ ਨੇ ਔਰ ਅਦਰ ਕੰਟਰੀਜ਼ ਦੇ ਵਿੱਚ ਜਿਹੜੇ ਇਕਨੋਮਿਕਸ ਨੂੰ ਡਿਵੈਲਪ ਕਰ ਰਹੇ ਆ, ਪਾਪੂਲਰਾਈਜ਼ ਕਰ ਰਹੇ ਆ, ਉਹ ਕਹਿੰਦੇ ਨੇ ਕਿ ਇਕਨੋਮਿਕਸ ਦਾ ਸੰਬੰਧ ਕੇਵਲ ਵੈਲਥ ਨਾਲ ਨਹੀਂ ਹੈ, ਕੇਵਲ ਵੈਲਫੇਅਰ ਨਾਲ ਨਹੀਂ ਆ ਜਾਂ ਦੁਰਲਭ ਸਾਧਨਾਂ ਨਾਲ ਨਹੀਂ। ਇਕਨੋਮਿਕਸ ਇੱਕ ਉਹ ਸਾਇੰਸ ਅਤੇ ਆਰਟ ਆ। ਅੱਜ ਦੇ ਅਰਥਸ਼ਾਸਤਰੀ ਇਕਨੋਮਿਕਸ ਨੂੰ ਕਲਾ ਵੀ ਮੰਨਦੇ ਆ, ਇਕਨੋਮਿਕਸ ਨੂੰ ਇੱਕ ਵਿਗਿਆਨ ਵੀ ਮੰਨਦੇ ਆ। ਕਲਾ ਜਿਹੜੀ ਕਿ ਸਾਨੂੰ ਇਹ ਸਿਖਾਉਂਦੀ ਆ ਕਿ ਅਸੀਂ ਕਿਵੇਂ ਗਰੀਬੀ ਦੂਰ ਕਰਨੀ ਹੈ, ਸਾਇੰਸ ਸਾਨੂੰ ਇਹ ਸਿਖਾਉਂਦੀ ਆ ਵੀ ਕਿਵੇਂ ਅਸੀਂ ਕਾਸਟ ਅਤੇ ਇਫੈਕਟ ਦਾ ਰਿਲੇਸ਼ਨਸ਼ਿਪ ਪੜ੍ਹ ਕੇ ਵਧੀਆ ਕੰਕਲੂਜ਼ਨ ਡਰਾਅ ਕਰਨੇ ਆ, ਤਾਂ ਕਿ ਸਾਡੀਆਂ ਮੈਕਸੀਮਮ ਲੋੜਾਂ ਜਿਹੜੀਆਂ ਪੂਰੀਆਂ ਹੋ ਜਾਣ, ਮੈਕਸੀਮਮ ਪ੍ਰੋਬਲਮ ਸੋਲਵ ਹੋ ਜਾਣ ਅਤੇ ਸਾਡੇ ਸਾਧਨ ਵੀ ਠੀਕ ਢੰਗ ਨਾਲ ਪ੍ਰਯੋਗ ਹੋ ਜਾਣ। ਇੱਕ ਇੰਪੋਰਟੈਂਟ ਡੈਫੀਨੇਸ਼ਨ ਜਿਹੜੀ ਕਿ ਮਾਡਰਨ ਡੈਫੀਨੇਸ਼ਨ ਦੇ ਵਿੱਚ ਅਸੀਂ ਇੰਕਲੂਡ ਕਰਦੇ ਹਾਂ, ਜਿਹਦਾ ਸੰਬੰਧ ਪਰਟੀਕੁਲਰਲੀ ਗਰੋਥ ਨਾਲ ਹੈ, ਇਕਨੋਮਿਕ ਗਰੋਥ ਨਾਲ, ਉਹ ਹੈ ਕਿ ਇਕਨੋਮਿਕਸ ਇਜ਼ ਦਾ ਸਟੱਡੀ ਆਫ ਆਲ ਫੈਕਟਰਸ ਅਫੈਕਟਿੰਗ ਇੰਪਲਾਇਮੈਂਟ ਐਂਡ ਸਟੈਂਡਰਡ ਆਫ ਲਿਵਿੰਗ। ਕਿਸੇ ਵੀ ਦੇਸ਼ ਦੇ ਵਿੱਚ ਰੁਜ਼ਗਾਰ ਨੂੰ ਜਿਹੜੇ ਤੱਤ ਪ੍ਰਭਾਵਿਤ ਕਰਦੇ ਆ ਜਾਂ ਸਾਡੇ ਰਹਿਣ ਸਹਿਣ ਦੇ ਪੱਧਰ ਨੂੰ ਜਿਹੜੇ ਤੱਤ ਪ੍ਰਭਾਵਿਤ ਕਰਦੇ ਆ, ਉਹਨਾਂ ਸਾਰੇ ਫੈਕਟਰਸ ਦੀ ਸਟੱਡੀ ਇਕਨੋਮਿਕਸ ਦੇ ਵਿੱਚ ਇਨਕਲੂਡ ਹੁੰਦੀ ਆ। ਸੋ ਇਕਨੋਮਿਕਸ ਇੱਕ ਇੱਦਾਂ ਦਾ ਵਿਸ਼ਾ ਹੈ ਜਿਹੜਾ ਸਾਨੂੰ ਵੱਧ ਤੋਂ ਵੱਧ ਲੋੜਾਂ ਨੂੰ ਠੀਕ ਢੰਗ ਨਾਲ ਸਾਧਨਾਂ ਦੀ ਪ੍ਰਯੋਗ ਕਰਦੇ ਹੋਏ ਪੂਰਾ ਕਰਨ ਲਈ ਦੱਸਦਾ ਹੈ। ਸੋ ਟੂ ਗੈਟ ਮੈਕਸੀਮਮ ਆਊਟ ਆਫ ਮਿਨੀਮਮ ਇਜ਼ ਇਕਨੋਮਿਕਸ। ਸੋ ਇਕਨੋਮਿਕਸ ਦਾ ਸੰਬੰਧ ਇਹਨਾਂ ਸਾਰੀਆਂ ਡੈਫੀਨੇਸ਼ਨ ਨੂੰ ਜੇ ਅਸੀਂ ਇਕੱਠਾ ਕਰੀਏ ਤਾਂ ਅਸੀਂ ਸਿੰਪਲ ਵਰਡ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ ਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ
ਸਾਧਨਾ ਦੇ ਉਚਿਤ ਪ੍ਰਯੋਗ ਬਾਰੇ ਦੱਸਿਆ ਜਾਂਦਾ ਕਿ ਇਹ ਸਾਧਨਾ ਦਾ ਉਚਿਤ ਪ੍ਰਯੋਗ ਕਰਕੇ ਅਸੀਂ ਕਿੱਦਾਂ ਵੈਲਫੇਅਰ ਨੂੰ ਵਧਾ ਸਕਦੇ ਹਾਂ ਅਤੇ ਵੱਧ ਤੋਂ ਵੱਧ ਆਰਥਿਕ ਗਰੋਥ ਕਰ ਸਕਦੇ ਹਾਂ। ਥੈਂਕ ਯੂ।